ਸਰਕਾਰ ਕੇ ਬੜਿਆ ਵੱਲੋਂ ਭਾਈ ਜੋ ਭਾਈ ਸੜਕ ਤੇ ਆਉਂਦਾ ਬੋਲ ਦਾ ਜਵਾਬ ਆ ਕੁਛ ਨੂੰ ਹੈ ਆਉਂਦਾ ਭਾਈ ਘਰੇ ਬੈਠੋ ਉਹਨਾਂ ਨਾਲ ਭਾਈ ਦਰਦ ਹੋ ਜਾਣਗੇ ਤੇ ਪੁਲਿਸ ਆ ਕੇ ਆਪ ਦਪ ਕਰੂ ਭਾਈ ਘਰ ਆ ਕੇ ਆਦਰਸ਼ ਪਹੁੰਚ ਰਹਿਣਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਜਿਵੇਂ ਕਿ ਤੁਹਾਨੂੰ ਕੱਲ੍ਹ ਦੱਸ ਹੀ ਚੁੱਕੇ ਸੀਗੇ ਵੀ ਚੱਲ ਰਿਹਾ, ਅਤੇ ਅੱਜ ਅਸੀਂ ਥੋੜ੍ਹਾ ਜਿਹਾ ਵੀ ਜਿੰਨੇ ਵੀ ਹੈਗੇ ਨੇ ਮੇਰੇ ਭਰਾ ਮੈਂ ਜਿੰਨਿਆਂ ਨੂੰ ਵੀ ਕੱਲ੍ਹ ਵੀ ਲਾਈਵ ਹੋਇਆ ਸੀ, ਮੈਂ ਅੱਜ ਵੀ ਲਾਈਵ ਹੋਇਆ ਹੋਣਾ, ਸੋਰੀ ਫੋਨ ਆਨ ਕਰਕੇ ਥੋੜ੍ਹਾ ਲਾਈਵ ਕੱਟ ਹੋ ਗਿਆ ਸੀਗਾ। ਅਤੇ ਬਾਈ ਜਿਵੇਂ ਤੁਹਾਨੂੰ ਮੈਂ ਦੱਸਣ ਲੱਗਿਆ ਸੀਗਾ ਵੀ ਜਿੰਨਾ ਦਾ ਵੀ ਹੈ ਨਾ ਵੀ ਪਿੰਡ ਦੇ ਵਿੱਚ ਤੁਹਾਡੇ ਕਿਸੇ ਨੇ ਸਬਜ਼ੀ ਲਾਈ ਹੋਈ ਹੈ ਜਾਂ ਕੁਛ ਰਸਦਾਰ ਸਮਾਨ ਹੈ ਜਾਂ ਆਟਾ ਹੈ ਨਾ ਵੀਰੇ, ਪਿੰਡ 'ਚੋਂ ਜਾਂ ਤਾਂ ਇਕੱਠਾ ਕਰ ਲਓ ਜਾਂ ਥੋੜ੍ਹੀ ਬਹੁਤ ਜਿਹਦੇ ਕੋਲ ਕਣਕ ਪਈ ਜਿਹਦਾ ਸਰਦਾ ਵਰਦਾ ਬਾਈ ਹੈਲਪ ਕਰੋ। ਜਿਵੇਂ ਕਿ ਅੱਜ ਤੁਹਾਨੂੰ ਮੈਂ ਕੱਲ੍ਹ ਰਾਤ ਵੀ ਦੱਸਿਆ ਸੀਗਾ ਅਸੀਂ ਅੱਜ ਹੈਲਪ ਕਰਨ ਲੱਗਿਆ ਸਾਰਿਆਂ ਦੀ ਇੱਥੇ, ਯਾਨੀ ਕਿ ਜਿਵੇਂ ਹੁਣ ਲੋੜਵੰਦਾਂ ਨੂੰ ਸਬਜ਼ੀ ਅਸੀਂ ਪਿੰਡ 'ਚੋਂ ਨਾਮ ਲਿਖ ਲਏ ਸੀ ਸਾਰਿਆਂ ਦੇ ਵੀ ਕਿਹੜੇ ਜਿਹੜੇ ਜਮੀ ਲੋੜਵੰਦ ਹੈ ਵਿਚਾਰਾ ਹੈ ਨਾ। ਅਤੇ ਅੱਜ ਸਬਜ਼ੀ ਦੀ ਟਰਾਲੀ ਆਈ ਹੈ ਬਾਈ ਹੈ ਨਾ, ਅਤੇ ਅਸੀਂ ਕੱਲ੍ਹ ਤੱਕ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਤੁਹਾਨੂੰ ਮਿਰਚ ਮਸਾਲੇ ਦੀ ਜਾਂ ਕੁਛ ਹੋਰ ਜਿਵੇਂ ਰਸ ਦੁੱਖ ਪਾਣੀ ਹੋ ਗਿਆ ਜਾਂ ਆਟਾ ਉੱਟਾ ਹੋ ਗਿਆ ਹੈ ਨਾ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰਿਆਂ ਨੂੰ ਘਰੋਂ ਘਰ ਪਹੁੰਚਾਇਆ ਜਾਵੇ ਵੀ ਤਾਂ ਕਰਕੇ ਕੋਈ ਬਾਹਰ ਨਾ ਆਵੇ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਕਰਦਾ ਵੀ ਤੁਸੀਂ ਜਿੰਨੇ ਵੀ ਹੈ ਨਾ ਇਕੱਠ ਨਾ ਕਰਿਓ, ਜਿਹੜਾ ਵੀ ਪਿੰਡ ਦੇ ਵਿੱਚ ਜ਼ਿੰਮੇਵਾਰ ਬੰਦਾ ਕੋਈ ਸਰਪੰਚ ਹੈ ਜਾਂ ਕੁਛ ਹੋ, ਅਤੇ ਉਹ ਸਾਰਾ ਆਪੋ ਆਪਣੀ ਜ਼ਿੰਮੇਵਾਰੀ ਕਰੋ। ਅਤੇ ਹੁਣ ਅਸੀਂ ਹੁਣੇ ਸੂਚਨਾ ਬੁਲਾ ਕੇ ਹੱਟੇ ਸੀ ਪਿੰਡ ਦੇ ਵਿੱਚ, ਕਿਉਂਕਿ ਹਜੇ ਵੀ ਪਿੰਡਾਂ ਦੇ ਵਿੱਚ ਸਮਝ ਨਹੀਂ ਰਹੇ ਆਪਣੇ ਬੰਦੇ, ਬਾਹਰ ਅੰਦਰ ਤੁਰੇ ਫਿਰਦੇ ਆ ਇੱਧਰ ਉੱਧਰ ਹੈ ਨਾ, ਇਕੱਠੇ ਵੀ ਇਕੱਠੇ ਹੋਏ ਬੈਠੇ, ਕੋਈ ਤਾਂਸ ਖੇਡੀ ਜਾਂਦਾ, ਕੋਈ ਕੁਛ ਹੋਰ ਕਰ ਜਾਂਦਾ, ਵੀ ਪਲੀਜ਼ ਅਵੋਇਡ ਕਰੋ ਇਹਨਾਂ ਚੀਜ਼ਾਂ ਨੂੰ। ਅਤੇ ਜਿਹੜੇ ਜਿਹੜੇ ਬੰਦੇ ਹੈਲਪ ਕਰਨ ਜੋਗੇ ਹੈਗੇ ਆ ਉਹ ਭਰਾ ਪਲੀਜ਼ ਹੈਲਪ ਕਰੋ, ਠੀਕ ਹੈ ਨਾ। ਕਿਸੇ ਕੋਲ ਆਟਾ ਜੇ 2 ਕੁਇੰਟਲ ਕੋਈ ਕਣਕ ਦਾਨ ਕਰ ਸਕਦਾ ਦਾਨ ਕਰ ਦਿਓ ਹੈ ਨਾ, ਇੱਕ ਜਗ੍ਹਾ 'ਤੇ ਪਿਹਾ ਪਿਹੋ ਕੇ ਯਾਨੀ ਕਿ ਆਟਾ ਜਿੰਨਾ ਜਿਹੜੇ ਗਰੀਬ ਨੇ ਵਿਚਾਰੇ ਨੇ ਜਿਨ੍ਹਾਂ ਕੋਲ ਜਮੀ ਕੁਛ ਨਹੀਂ, ਰੋਟੀ ਨਹੀਂ ਪੱਕ ਰਹੀ ਉਹਨਾਂ ਤੱਕ ਪਹੁੰਚਾਇਆ ਜਾਵੇ, ਠੀਕ ਹੈ ਨਾ। ਗੁਰੂ ਘਰ ਵੀ ਇਸ ਚੀਜ਼ ਦੇ ਵਿੱਚ ਅੱਗੇ ਆਉਣ ਹੈ ਨਾ, ਕਿਉਂਕਿ ਵੀ ਸਭ ਤੋਂ ਵੱਡੀ ਧਿਰ ਹੈ ਗੁਰੂ ਘਰਾਂ ਦੀ ਹੈ ਨਾ। ਅਤੇ ਜੇ ਉਹ ਕਿਸੇ ਲਈ ਹੈਲਪ ਕਰ ਸਕਦੇ ਨੇ ਹੈ ਨਾ, ਕੋਈ ਰਸਦ ਪਾਣੀ ਦੇ ਸਕਦੇ ਨੇ, ਕੁਛ ਮਾਲੀ ਸਹਾਇਤਾ ਕਰ ਸਕਦੇ ਨੇ, ਤਾਂ ਪਲੀਜ਼ ਕਰੋ ਅੱਗੇ ਆਓ। ਅਤੇ ਜਿਵੇਂ ਜੇ ਕਿਸੇ ਕੋਲ ਸਰਦਾ ਵਰਦਾ ਹੈ, ਕਿਸੇ ਕੋਲ 4 ਪੈਸੇ ਹੈਗੇ ਨੂੰ ਪੈਸਿਆਂ ਦੀ ਹੈਲਪ ਕਰੇ ਜੋ ਵੀ ਹੈ ਨਾ, ਵੀ ਬਸ ਇਹ ਹੈ ਵੀ ਕੋਈ ਆਪਣੀ ਸਾਰਿਆਂ ਨੂੰ ਇਹੀ ਦਵਾ ਵੀ ਕੋਈ ਨਾ ਕੋਈ ਕਿਸੇ ਵੀ ਘਰੇ ਕੋਈ ਭੁੱਖਾ ਨਾ ਸੌਵੇ। ਅਤੇ ਅਸੀਂ ਵੀ ਅੱਜ ਸਟਾਰਟ ਕਰਤਾ ਅਤੇ ਤੁਸੀਂ ਵੀ ਸਟਾਰਟ ਕਰ ਦਿਓ, ਅਤੇ ਜ਼ਿਆਦਾ ਘਰੋਂ ਬਾਹਰ ਨਾ ਨਿਕਲੋ ਬਾਈ, ਸਾਰੇ ਜਣੇ ਆਪਦੇ ਘਰੇ ਰਹੋ, ਸਟੇ ਸੇਫ ਹਨ। ਅਤੇ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰੇ ਬੰਨੇ ਧਿਆਨ ਰੱਖਿਓ ਜੀ ਆਪਣੇ, ਜੋ ਵੀ ਨਾਲ ਦੀ ਨਾਲ ਅਪਡੇਟ ਹੋਊਗੀ ਤੁਹਾਨੂੰ ਕਰੀ ਜਾਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ।